ਸਵਾਲ ਕਿ ਤੁਸੀਂ ਮੁਹੰਮਦ ਅਸਲਮ ਚਾਰੀ ਤਰ੍ਹਾਂ ਯੂਟਿਊਬ ਚੈਨਲ ਦੇ ਵੀ ਮਿੱਠੇ ਬੋਲ ਫਰਾਈ ਜੀ ਦੇ ਸਵੇਰ ਦੇ ਹੈ ਸਾਢੇ ਸੱਤ ਦਾ ਟਾਈਮ ਅਤੇ ਅਸਾਂ ਸ਼ਹਿਰ ਦੀ ਤਿਆਰੀ ਹੈ ਅਤੇ ਨਾਲ ਸਗੋਂ ਮੌਸਮ ਦੇ ਬਾਰੇ ਵੀ ਡਿਸੀਜਨ ਮੌਸਮ ਆਏ ਬਿਲਕੁਲ ਹਵਾ ਚੱਲ ਪਈ ਹੈ ਕੱਪਾ ਹਵਾ 'ਤੇ ਫਾਇਦਾ ਹੈ ਸਾਨੂੰ ਵੀ ਫਾਇਦਾ ਹੈ ਕਿਉਂਕਿ ਹਵਾ ਨਾਲ ਹੀ ਸਭ ਕੁਛ ਹੈ ਹਵਾ ਤੋਂ ਬਗੈਰ ਤਾਂ ਬੰਦਾ ਹੀ ਬੇਕਾਰ ਹੈ ਅਤੇ ਹਵਾ ਚੱਲਣ ਸ਼ੁਰੂ ਕੀਤੀ ਗਈ ਹੈ ਅਤੇ ਨਾਲ ਇਹ ਬਿਮਾਰੀਆਂ ਵੀ ਥੋੜ੍ਹਾ ਘੱਟ ਸੀ ਸਨ ਸਪਰੇਸੀ ਦੀ ਵੀ ਹੀਟਰ ਚੱਲਦੇ ਪੈਣ ਆਵਾਜ਼ ਤਾਂ ਕੁਛ ਸੁਣੀ ਨਹੀਂ ਪਿਓ ਸੀ ਬਸ ਇੱਕ ਮਸ਼ੀਨਾਂ ਅਤੇ ਬਸ ਪਲੰਜਰਿਆ ਅਤੇ ਸਾਰਾ ਕੁਛ ਅੱਜ ਬਸ ਸਪਰੇਸੀ ਦੀ ਪੀ ਅਤੇ ਅਸਾਂ ਦੀ ਤਿਆਰੀ ਹੈ ਫਾਜ਼ਿਲਪੁਰ ਦੇ ਚੱਲਦੇ ਪਏ ਫਾਜ਼ਿਲ ਦੇਖ ਸਕਦੇ ਹੋ ਕਿ ਜਿਵੇਂ ਕਿ ਅੱਜ ਵੱਤ ਪੀਟਰ ਚੱਲਦਾ ਚਲਾਏ ਨੇ ਅਤੇ ਬਸ ਇਹ ਸਪਰੇਅ ਦਾ ਕੰਮ ਸ਼ੁਰੂ ਹੈ ਉਸ ਸਾਹਮਣੇ ਤਾਂ ਕੁੜੀ ਕਹਿੰਦੇ ਪਿਆ ਸਪਰੇ ਸੀ ਨਹੀਂ ਵਧੀਏ ਰੈਫ ਦਾ ਹਮਲਾ ਜ਼ੋਰ ਦਾ ਸੀ ਇਹ ਨੌਜਵਾਨ ਭਾਗੇ ਰੁਪਏ ਛੇ ਰੈਫ ਦਾ ਹਮਲਾ ਸ਼ੁਰੂ ਸੀ ਦੇਖ ਸਕਦੇ ਹੋ ਫੁੱਲ ਕੁੜੀ ਤਾਂ ਲੱਗੀ ਪਈ ਹੈ ਮਾਸ਼ਾਲਾ ਅਤੇ ਬਾਕੀ ਅੱਜ ਹਵਾ ਬਸ ਜਹਾਜ਼ੀ ਜਨਾਬ ਜ਼ਬਰਦਸਤ ਬਣ ਗਏ ਹਵਾ ਚੱਲਦੀ ਪਈ ਹਵਾ ਦਾ ਹੀ ਫਾਇਦਾ ਹੈ ਕਪਾਕੂ ਨਾ ਤਾਂ ਸਪਰੀ ਵਾਲਾ ਚੱਕਰ ਹੈ ਪਿਆ ਇੱਕ ਸਰਫ ਲੱਗੀ ਕਰੀ ਹੈ ਸਰਫ ਦਾ ਰੋਲਾ ਹੈ ਉਹਦੇ ਵਾਸਤੇ ਸਪਰੇ ਸ਼ੁਰੂ ਕਰੋ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਗਾੜੀ ਦਾ ਜਵਾਨ ਦਾ ਤੇਲ ਮੁੱਕ ਗਏ ਗਾੜੀ ਦਾ ਅਤੇ ਸਾਡੀ ਗਾੜੀ 'ਚ ਤੇਲ ਜਵਾਨ ਕੱਢਣਾ ਪਏ ਅਸਾਂ ਤਾਂ ਆਪ ਪਹਿਲਾਂ ਤਾਂ ਚੱਲ ਦੋ ਪਰ ਹੀ ਇਹ ਵਾਲਾ ਸਾਕੂ ਗਿਣਨ ਆ ਖੜੇ ਜੇ ਤੇਲ ਲਿਓ ਪੰਪ 'ਤੇ ਪੁੱਜ ਵਜੋ ਚਲੋ ਬਿਲ ਕੱਢੋ ਜਰਾ ਕੁਝ ਇਹਦਾ ਸੀ ਦਾ ਇਹ ਗਾੜੀ ਦਾ ਤੇਲ ਮੁੱਕਾ ਖੜੇ ਮਹਿੰਗਾਈ ਇਤਨਾ ਉਹੋ ਜਿਹਾ ਤੇਲ ਪੈਣੋ ਜਰਾ ਗਾਹ ਤੱਕ ਪੁੱਜ ਵਜੋ ਹਵਾ ਉਹਦੇ 'ਚ ਥੋੜ੍ਹਾ ਬਚਾ ਹੈ ਸਹੀ ਹਾਂ ਇਹ ਪਾਪੜੇ ਵਾਲੇ ਪੈਕਟ ਕੱਢੀ ਵੇ ਦੇਵੇ ਹਾਏ ਹਾਏ ਟੈਂਕੀਆਂ ਕੁਰਿਆ ਥਿਆ ਗਈਆਂ ਜ਼ਮਾਨਾ ਆਉਂਦਾ ਟੈਂਕੀਆਂ ਫੁੱਲ ਹੋਈਆਂ ਹਨ ਉਹ ਵੇਲੇ ਬੁੱਲ ਗਏ ਦੇਖ ਸਕਦੇ ਹੋ ਕਿ ਕਪਾਹ ਦਾ ਹਾਲ ਇਹੋ ਹੈ ਮੈਂ ਪੱਤੇ ਲਿਖਣਾ ਚਾਹੁੰਦਾ ਜੇ ਕਿਵੇਂ ਹਾਲਾਤ ਹੋ ਗਈ ਕਿਆ ਕੰਡੀਸ਼ਨ ਹੁੰਦੀ ਹੈ ਪੱਤੇ ਦੀ ਇਹਦੇ ਤਾਂ ਪਿਓ ਇਹ ਪਾਸੇ ਜਲਣਾ ਇਹ ਸਾਰੀ ਬਿਮਾਰੀ ਹੈ ਇਹ ਪੱਤੇ 'ਤੇ ਜਲਣਾ ਇੱਕ ਆਦਨ ਥ੍ਰਿਪਸ ਵਾਲਾ ਫੁੱਲ ਕਿਰਾਣ ਇਹ ਫੁੱਲ ਪੀਲਾ ਸੀ ਅਤੇ ਠਹਿ ਮਿਲੇ ਇਹ ਜਿਹੜੇ ਨੇ ਬਿਮਾਰੀ ਹੈ ਸਫੈਦ ਮੱਖੀ ਹਵਾ ਅੱਜ ਚੱਲ ਪਈ ਮਾਸ਼ਾ ਅੱਲਾ ਅੱਛਾ ਕੰਮ ਸੀ ਇਹਦਾ ਤਾਂ ਕੰਮ ਬਣ ਗਿਆ ਮਾਸ਼ਾ ਅੱਲਾ ਇਹ ਤਾਂ ਪੰਪ 'ਤੇ ਪੁੱਜ ਗਏ ਸੀ ਫਾਜ਼ਿਲਪੁਰ ਕੈਟਲ ਫਾਰਮ ਦੇ ਉੱਤੇ ਨਲੀ ਦਾ ਮੇਲ ਹੈ ਅਤੇ ਸਾਰਾ ਫੇਵਰੇਟ ਦਾ ਪਸੰਦੀਦਾ ਜਿਹੜਾ ਨੌਜਵਾਨ ਹੈ ਨਲੀ ਵਾਲਾ ਉਹ ਹੈ ਇਮਰਾਨ ਖੁੱਚਾ ਅਤੇ ਦੂਜਾ ਰਹੀਮੀਰ ਖਾਨ ਦਾ ਜਵਾਨ ਹੈ ਇਹਨੇ ਡੂ ਦਾ ਜੋੜ ਹੈ ਜ਼ਬਰਦਸਤ ਨਲੀ ਹੈ ਅਤੇ ਚੁੱਦੂ ਅਸਾਂ ਉੱਥੇ ਮੇਲ 'ਤੇ ਨਲੀ ਇੰਜੋਏ ਕਰਨ ਹੈ ਅਤੇ ਵਿਵਰ ਸਾਰੀ ਵੀਡੀਓ ਦੇ ਨਾਲ ਜੁੜੇ ਦੱਸ ਹਾਰ ਜੀਤ ਥੀ ਵੇ ਆਪਣਾ ਆਪ ਕੀ ਉਸ ਨੂੰ ਥਾਈ ਨਾਮ ਦਿਵਾਏ ਮਹਿਮਾਨ ਨੂੰ ਬਾਲ ਕੇ ਸਿਕੰਦਰ ਰੋਹੀ ਦਾ ਜਵਾਨ ਹੈ ਰਹੀਮ ਯਾਰ ਖਾਨ ਦਾ ਮਹਿਮਾਨ ਹੈ ਸੋਹਣਾ ਸੋਹਣਾ ਜ਼ੋਰ ਲਾਓ ਚਾਸ ਚਲੋ ਕਿ ਜਿਵੇਂ ਅਸੂਲ ਹੈ ਉਹ ਉਸਤਾਦ ਜੀ ਉੱਠ ਸੀ ਜਿਹਨੇ ਉੱਠਦੇ ਉਹ ਉੱਠੀ ਨੇ ਮਹਿਮਾਨ ਹੈ ਨਾਲ ਗੋਡਾ ਤੇਜ਼ ਕੀਤੇ ਤੇ ਉਹ ਗੋਡਾ ਦੇਖੋ ਨਾ ਫਸਟ ਕਲਾਸ ਬਸ
ਅਲੀ ਦਾ ਮੇਲ ਤੋਂ ਵਾਪਸ ਆ ਗਿਆ ਸੀ ਘਰ। ਸਾਡੀ ਵੀਡੀਓ ਅੱਛੀ ਲੱਗੀ ਤਾਂ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਦਬਾਓ। ਜਲਸਾ ਗਿਣਸੋ, ਅੱਲਾ ਸੋਹਣੇ ਦੀ ਮਾਂ।